IBS ਰਿਕਾਰਡਸ ਦਾ ਧਾਰਮਿਕ ਉਪਰਾਲਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਸਤਿਗੁਰੇ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ, ਦਾਸ ਬਾਬਾ ਬੇਅੰਤ ਸਿੰਘ ਹੇਮਕੁੰਡ ਸਾਹਿਬ ਲੰਗਰਾਂ ਤੋਂ ਆਪ ਜੀ ਦੇ ਚਰਨਾਂ 'ਚ ਬੇਨਤੀ ਕਰ ਰਿਹਾ ਜੀ। ਜਿੱਥੇ ਆਪ ਜੀ ਨੇ ਕਿਰਪਾ ਕਰਕੇ ਇਸ ਅਸਥਾਨ ਦੀ ਬਖਸ਼ਿਸ਼ ਕੀਤੀ, ਨਾਲ ਪਿਛਲੇ ਸਾਲ ਤੋਂ ਸ਼ੁਰੂ ਕਰਕੇ ਅਤਿ ਆਧੁਨਿਕ ਢੰਗ ਦੇ ਬਾਥਰੂਮ ਵੀ ਬਖਸ਼ਿਸ਼ ਕੀਤੀ ਹੈ ਜੋ ਕੰਪਲੀਟ ਹੋ ਚੁੱਕੇ ਨੇ। ਸੋ ਇਹਦਾ ਜਿਹੜਾ ਯੋਗਦਾਨ ਕਾਫੀ ਤਕਰੀਬਨ 35 ਲੱਖ ਦਾ ਉਹ ਟਰੱਸਟ ਸੰਗਤ ਟੀ ਵੀ ਵਾਲਿਆਂ ਵੱਲੋਂ, ਇੰਗਲੈਂਡ ਵੱਲੋਂ ਇੰਗਲੈਂਡ ਦੀ ਸੰਗਤ ਅਤੇ ਯੂਰਪ ਦੀ ਸੰਗਤ ਦਾ ਇਕੱਠਾ ਹੋਇਆ ਯੋਗਦਾਨ ਇੱਥੇ ਉਹਨਾਂ ਨੇ ਪਾਇਆ। ਬਾਕੀ ਜਿਹੜੀ ਮਾਇਆ ਉਹ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਨੇ ਲਾਈ ਹੈ ਅਤੇ ਨਾਲ ਬਣਾਉਣ ਦੀ ਸੇਵਾ ਮਹਾਂਪੁਰਸ਼ਾਂ ਨੇ ਆਪ ਮੋਢਾ ਲਾ ਕੇ ਇਹਨੂੰ ਸਿਰੇ ਚਾੜ੍ਹਿਆ ਬੇਨਤੀ ਪ੍ਰਵਾਨ ਕਰਕੇ। ਸੋ ਪਿਛਲੇ ਸਾਲ 22 ਅਗਸਤ 2016 ਨੂੰ ਟੱਪ ਲਾ ਕੇ ਮਹਾਂਪੁਰਸ਼ਾਂ ਨੇ ਕਾਰ ਸੇਵਾ ਆਰੰਭ ਕੀਤੀ ਸੀ, ਜੋ ਬਹੁਤ ਵਧੀਆ ਢੰਗ ਨਾਲ ਮਹਾਂਪੁਰਸ਼ਾਂ ਨੇ ਛੋਟੇ ਮਹਾਂਪੁਰਸ਼ ਵੱਡੇ ਬਾਬਾ ਕਸ਼ਮੀਰ ਸਿੰਘ ਜੀ, ਛੋਟੇ ਬਾਬਾ ਸੁਖਵਿੰਦਰ ਸਿੰਘ ਜੀ, ਉਹਨੇ ਜਥੇਦਾਰ ਸਾਹਿਬਾਨਾਂ ਨੇ, ਮਿਸਤਰੀ ਕਾਰੀਗਰਾਂ ਨੇ, ਇੰਜੀਨੀਅਰ ਨੇ ਬੜੇ ਮਿਲ ਕੇ ਬੜੇ ਪਿਆਰ ਸਤਿਕਾਰ ਨਾਲ ਉਹਨਾਂ ਨੂੰ ਕੰਪਲੀਟ ਕੀਤਾ। ਬਹੁਤ ਵਧੀਆ ਢੰਗ ਨਾਲ, ਮਜ਼ਬੂਤੀ ਨਾਲ ਅਤੇ ਸੁੰਦਰਤਾ ਨਾਲ, ਜਿਹੋ ਜਿਹੀ ਅੱਜ ਦੇ ਸਮੇਂ 'ਚ ਲੋੜ ਹੈ, ਜਿਹੋ ਜਿਹੇ ਏਅਰਪੋਰਟਾਂ ਦੇ ਅਤੇ ਵਿਦੇਸ਼ਾਂ 'ਚ ਬਾਥਰੂਮ ਹੁੰਦੇ ਨੇ, ਉਹ ਚੀਜ਼ ਤਿਆਰ ਕੀਤੀ ਗਈ ਹੈ। ਅਤੇ ਮਹਾਂਪੁਰਸ਼ਾਂ ਦਾ ਬਹੁਤ ਬਹੁਤ ਕੋਟ ਕੋਟ ਧੰਨਵਾਦ, ਜਿਨ੍ਹਾਂ ਨੇ ਦਾਸਾਂ ਦੀ ਅਤੇ ਟਰੱਸਟ ਵਾਲਿਆਂ ਦੀ ਬੇਨਤੀ ਪ੍ਰਵਾਨ ਕਰਕੇ ਆਪਣੀਆਂ ਬੇਅੰਤ ਸੇਵਾਵਾਂ ਵਿੱਚੋਂ ਸਾਨੂੰ ਸਮਾਂ ਦਿੱਤਾ, ਆਪਣੀ ਮਸ਼ੀਨਰੀ, ਆਪਣੇ ਮਿਸਤਰੀ ਲਾ ਕੇ ਇਹਨੂੰ ਸਿਰੇ ਚਾੜ੍ਹਿਆ। ਦਾਸ ਮਹਾਂਪੁਰਸ਼ਾਂ ਦੇ ਅਤਿ ਰਿਣੀ ਹਾਂ ਅਤੇ ਰਿਣੀ ਰਹਾਂਗੇ। ਅਤੇ ਜੋ ਸੰਗਤ ਦੀ ਮੰਗ ਨੂੰ ਮੁੱਖ ਰੱਖਦਿਆਂ ਵਧੀਆ ਢੰਗ ਦੇ ਬਾਥਰੂਮ ਬਖਸ਼ਿਸ਼ ਕੀਤੇ ਨੇ, ਉਹਨਾਂ ਵਾਸਤੇ ਹਮੇਸ਼ਾ ਅਸੀਂ ਸੰਗਤ ਦੇ ਵੀ, ਦਾਨੀਆਂ ਦੇ, ਸੰਗਤ ਟੀ ਵੀ ਟਰੱਸਟ ਦੇ ਅਤੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਦੇ, ਸੰਤ ਬਾਬਾ ਸੁਖਵਿੰਦਰ ਸਿੰਘ ਜੀ ਭੂਰੀ ਵਾਲਿਆਂ ਦੇ ਅਤੇ ਰਿਣੀ ਨਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ
ਸੋਨਿਹਾਰਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ